ਤਿਆਰੀ ਵਾਸਤੇ ਮੈਂ ਕੱਪੜੇ ਇਸਤਰੀ ਕਰਨ ਲੱਗਾ ਅਤੇ ਸ਼ਾਇਦ ਇਹ ਵੀ ਤੁਹਾਨੂੰ ਪਤਾ ਸੀ ਕਿ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦਾ ਫਰਮਾਨ ਹੈ ਕਿ ਆਪਣਾ ਜਿਹੜਾ ਕੰਮ ਹੈ ਉਹ ਆਪਣੇ ਹੱਥ ਨਾਲ ਕਰਨਾ ਚਾਹੀਦਾ ਕੋਈ ਅਤੇ ਆਪਣੇ ਜ਼ਾਤੀ ਕੱਪੜੇ ਨੂੰ ਮੈਂ ਆਪ ਪਾਉਣੇ ਨੇ ਇਸ ਵਾਸਤੇ ਹਜ਼ੂਰ ਦਾ ਫਰਮਾਨ ਸਮਝ ਕੇ ਹਜ਼ੂਰ ਦੀ ਸੁਨਤ ਸਮਝ ਕੇ ਮੈਂ ਆਪਣੇ ਕੱਪੜੇ ਇਸਤਰੀ ਕਰਦਾ ਪਿਆ ਨਾਲ ਜੁੰਮੇ ਦੇ ਪਾਉਣੇ ਨੇ ਜੁੰਮੇ ਦੀ ਤਿਆਰੀ ਹੁੰਦੀ ਅਤੇ ਮੈਂ ਤੁਹਾਨੂੰ ਇਸਤਰੀ ਕਰਕੇ ਵਿਖਾਉਣਾ ਫਰਮਾਨ 'ਤੇ ਅਮਲ ਹੋ ਜਾਸੀ ਹਜ਼ੂਰ ਦੀ ਸੁਨਤ 'ਤੇ ਅਮਲ ਹੋ ਜਾਸੀ ਅਤੇ ਨਾਲੇ ਜੁੰਮੇ ਦੀ ਤਿਆਰੀ ਹੋ ਜਾਸੀ ਕੱਪੜੇ ਇਸਤਰੀ ਹੁੰਦੇ ਭੈਣੇ ਦੇਖ ਲਓ ਕਿਸ ਤਰ੍ਹਾਂ ਇਸਤਰੀ ਹੁੰਦੀ ਮੈਨੂੰ ਤੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਮਜ਼ੂਰ ਦੇ ਫਰਮਾਨ 'ਤੇ ਅਮਲ ਦੀ ਤੋਫੀਕ ਅਤਾ ਫਰਮਾਵੇ ਇਹ ਨਾ ਮੇਰੀ ਉਹ ਜਿਹੜੇ ਵੱਟ ਪਏ ਨਾ ਇਨ ਸ਼ਾ ਅੱਲਾ ਨਾ ਕੋਸ਼ਿਸ਼ ਕਰਾਂਗੇ ਵੀ ਸਾਰੇ ਵੱਟ ਨਾ ਜਿਹੜੇ ਇਹ ਨਿਕਲ ਜਾਣ ਕੱਪੜਾ ਪਾਇਆ ਨਾ ਸੋਹਣਾ ਜੁੰਮੇ ਦੀ ਤਿਆਰੀ ਵਾਸਤੇ ਕੱਪੜੇ ਇਸਤਰੀ ਕਰਨ ਅਤੇ ਸਾਫ਼ ਜ਼ਹਿਰ ਗੱਲ ਅੱਲਾ ਦੀ ਇਬਾਦਤ ਕਰਨ ਵਾਸਤੇ ਜਾਣਾ ਸੋਹਣੇ ਕੱਪੜੇ ਹੋਣੇ ਚਾਹੀਦੇ ਸਾਫ਼ ਸੁਥਰੇ ਹੋਣੇ ਚਾਹੀਦੇ ਜੋ ਪਾਏ ਸੋਹਣੇ ਵੀ ਲੱਗਣ ਕੋਸ਼ਿਸ਼ ਕਰਾਂਗੇ ਵੀ ਸੋਹਣੇ ਇਸਤਰੀ ਕਰ ਦਿੱਤੀ ਹੈ ਅਤੇ ਬੈਨ ਵੀ ਹੋ ਗਿਆ ਬਿੱਲੀ ਬਟਣ ਵਾਲੀ ਪੱਟੀ ਵੀ ਹੋ ਗਈ ਹੈ ਅਤੇ ਇੱਥੋਂ ਨਾ ਜ਼ਰਾ ਜਿਹੜਾ ਅਣਜਾਣ ਬੰਦਾ ਨਾ ਉਹ ਇਸਤਰੀ ਕਰਨ ਲੱਗਿਆ ਆਹ ਗਲਤੀ ਕਰ ਜਾਂਦਾ ਅਤੇ ਪਹਿਲੇ ਇਸ ਤਰ੍ਹਾਂ ਕਰਕੇ ਨਾ ਇਸ ਤਰ੍ਹਾਂ ਇੱਥੋਂ ਵੱਟ ਕੱਢਣਾ ਚਾਹੀਦਾ ਆ ਇੱਥੋਂ ਵੱਟ ਰਹਿ ਜਾਂਦਾ ਕੋਸ਼ਿਸ਼ ਕਰਨੀ ਚਾਹੀਦੀ ਵੀ ਇਹ ਵੱਟ ਨਿਕਲ ਜਾਵੇ ਇਹ ਵੱਟ ਇਸ ਤਰ੍ਹਾਂ ਨਿਕਲਦੇ ਇਸ ਤਰ੍ਹਾਂ ਕਰਕੇ ਆਪਾਂ ਜਿਹੜੇ ਅਣਜਾਣ ਬੰਦੇ ਆਪਾਂ ਮੋਢੇ ਦਰਜ਼ੇ ਆਉਂਦੇ ਨੇ ਦਰਜ਼ੇ ਅਗਰਾ ਤੇਰਾਂ ਆਉਂਦੇ ਨੇ ਹੁਣ ਇਹ ਤੇਰਾਂ ਜਿਹੜਾ ਮੋਢੇ ਜਿਹੜੇ ਇਹ ਵੀ ਇਸਤਰੀ ਹੋ ਗਏ ਹੁਣ ਕਮੀਜ਼ ਦੀ ਕੁੜਤੇ ਦੀ ਇਹ ਕਮੀਜ਼ ਅਤੇ ਕੁੜਤਾ ਕਮੀਜ਼ ਸੀਤੀ ਹੋਈ ਇਹਦੀ ਪਿਛਲੀ ਸਾਈਡ ਮੈਂ ਅਕਸਰ ਪਾਉਂਦਾ ਤਾਂ ਕੁੜਤੇ ਹੁੰਦਾ ਲੇਕਿਨ ਦਰਜ਼ੀ ਨੇ ਆ ਮੈਨੂੰ ਕਮੀਜ਼ ਸੀ ਦਿੱਤੀ ਇਹ ਹੁਣ ਪਾਉਣੀ ਇਨਸ਼ਾ ਅੱਲਾ ਇਹ ਕਮੀਜ਼ ਦੀ ਆਪਾਂ ਪਿਛਲੀ ਸਾਈਡ ਇਸਤਰੀ ਕਰਨੀ ਹੈ ਬੇਬੀ ਵੇਖ ਲਓ ਆ ਕਮੀਜ਼ ਨਾ ਮੈਂ ਮਾੜੀ ਚੰਗੀ ਇਸਤਰੀ ਕਰ ਲਈ ਹੈ ਇਨ ਸ਼ਾ ਅੱਲਾ ਆਪਾਂ ਸ਼ੁਰੂਆਤ ਕਰਾਂਗੇ ਪਜਾਮਾ ਚਾਹੀਦਾ ਕਿਉਂ ਇਹਦੇ ਨਾਲ ਉਹਦਾ ਖਾਣਾ ਸਵਾਦ ਹੁੰਦਾ ਪਰ ਸ਼ਲਵਾਰ ਹੈ ਅੱਜ ਦੀ ਰੂਟੀਨ ਦੇ ਮੁਤਾਬਿਕ ਹੁਣ ਇਸਤਰੀ ਕਰੀਏ ਕਮੀਜ਼ ਤੁਹਾਨੂੰ ਕਰਕੇ ਵਿਖਾਈ ਹੋਵੇ ਸ਼ਲਵਾਰ ਤੁਹਾਨੂੰ ਕਰਕੇ ਜਿਹੜੀ ਕੱਪੜੇ ਇਸਤਰੀ ਹੋ ਗਏ ਨੇ ਰੁਮਾਲ ਰਹਿੰਦਾ ਸੀ ਉਹ ਵੀ ਹੋ ਗਿਆ ਅਤੇ ਇਸਦੇ ਨਾਲ ਹੁਣ ਜੀ ਦੇ ਇਜਾਜ਼ਤ ਹੁਣ ਮੈਂ ਜਿੰਨਾ ਦੀ ਤਿਆਰੀ ਕਰਕੇ ਜੁਮਾ ਪੜ੍ਹ ਕੇ ਮੈਨੂੰ ਵੀ ਅਤੇ ਤੁਹਾਨੂੰ ਵੀ ਜੁਮਾ ਪੜ੍ਹਨ ਦੀ